ਛੱਡ ਕੇ ਕਰਹ ਆਨ ਕੀ ਆਸ ਤੇ ਨਰ ਦੋਜਿਕ ਜਾਹੇਗੇ ਸਤਿ ਪਾਖੇ ਰਵਿਦਾਸ ਐਸਾ ਚਾਹੂੰ ਰਾਜ ਮੈਂ ਜਹ ਮਿਲੇ ਸਭਨ ਕਾ ਅੰਨ छोट बड़े सब सम बसे रविदास रहे पर छोट बड़े सब सम बसे ਰਵਿਦਾਸ ਰਹੇ ਪਰਸੰਨ ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਾਵਨ ਸੰਗਰਾਂਦ ਦਾ ਦਿਖਾੜਾ ਹੈ ਔਰ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਤਿਗੁਰਾਂ ਦੀ ਬਖਸ਼ਿਸ਼ ਦੇ ਨਾਲ ਅੱਜ ਫਗਣ ਮਹੀਨੇ ਦੀ ਸ਼ੁਰੂਆਤ ਹੋਈ ਹੈ। ਤੋਂ ਸਭ ਤੋਂ ਪਹਿਲਾਂ ਤਾਂ ਆਈ ਹੋਈ ਸਾਰੀ ਸੰਗਤ ਨੂੰ ਤੇ ਰਵਦਾਸੀਆ ਟੀਵੀ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਇਸ ਫਗਣ ਮਹੀਨੇ ਦੀ ਸ਼ੁਰੂਆਤ ਤੇ ਬਹੁਤ ਬਹੁਤ ਵਧਾਈ ਹੋਵੇ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਮਹੀਨਾ ਆਉਣ ਵਾਲਾ ਸਮਾਂ ਹਰ ਕੜੀ ਹਰ ਪਲ ਸਾਰੀਆਂ ਸੰਗਤਾਂ ਦੇ ਵਾਸਤੇ ਅਪਾਰ ਖੁਸ਼ੀਆਂ ਲੈ ਕੇ ਆਵੇ ਤੋਂ ਮਹਾਰਾਜ ਜੀ ਅੱਜ ਦੇ ਇਸ ਪਾਵਨ ਮਹੀਨੇ ਦੀ ਵਿਚਾਰ ਦੇ ਵਿੱਚ ਫਰਮਾਉਂਦੇ ਨੇ ਕਿ ਚੜਿਆ ਫਾਗਣ ਮਾਸ ਜਬ ਫੁੱਲੀ ਸਭ ਗੁਲਜ਼ਾਰ ਧਰਤੀ ਸਭ ਹਰਿਆਵਲੀ ਸੁੰਦਰ ਬਾਗ ਬਹਾਰ ਬੁਲਬੁਲ ਮਸਤ ਬਹਾਰ ਪਰ ਭੰਬਰਾ ਭਈ ਗੁਲਜ਼ਾਰ ਨਿਵਨ ਫਲ ਬਹੁ ਬਾਗ ਮੇ ਗਲਗਲ ਆਮ ਅਨਾਰ ਤੋ ਗੁਰੂ ਪਿਆਰੀ ਸਾਜ ਸੰਗਤ ਜੀ ਇਸ ਸ਼ਬਦ ਦੇ ਵਿੱਚ ਮਹਾਰਾਜ ਜੀ ਨੇ ਫਰਮਾਇਆ ਦੇਖੋ ਜਿਵੇਂ ਹੁਣ ਸਰਦੀ ਦਾ ਮੌਸਮ ਜਿਹੜਾ ਚੱਲ ਰਿਹਾ ਆ ਕਿਉਂਕਿ 6 ਰੁੱਤਾਂ ਵਿੱਚ ਇੱਕ ਜਿਹੜਾ ਸਰਦੀ ਦਾ ਮੌਸਮ ਹੈ ਸਰਦ ਰਿਤੂ ਹੈ ਇਹ ਰਿਤੂ ਐਸੀ ਆ ਦੇ ਵਿੱਚ ਉਹਦਾ ਕਾਰਨ ਸਰਦੀ ਕਹਿ ਲੋ ਜਾਂ ਕੋਈ ਹੋਰ ਕਹਿ ਲੋ ਕਿ ਆਮ ਆਪਾਂ ਦੇਖਦੇ ਆਂ ਪੀੜ ਪੌਦੇ ਜਿਹੜੇ ਆ ਉਹ ਕਾਫੀ ਹੱਦ ਤੱਕ ਸੁੱਕ ਜਾਂਦੇ ਆ ਪੱਤੇ ਸਾਰੇ ਝੜ ਜਾਂਦੇ ਆ ਇੱਥੋਂ ਤੱਕ ਕਿ ਕਈ ਪੀੜ ਪੌਦੇ ਐਸੇ ਆ ਜਿਹੜੇ ਬਿਲਕੁਲ ਇੱਕਦਮ ਖਾਲੀ ਹੋ ਜਾਂਦੇ ਉਹਨਾਂ ਤੇ ਕੋਈ ਵੀ ਪੱਤਾ ਨਜ਼ਰ ਨਹੀਂ ਆਉਂਦਾ ਔਰ ਜਦੋਂ ਫਿਰ ਇਹ ਫਗਣ ਦਾ ਮਹੀਨਾ ਸ਼ੁਰੂ ਹੁੰਦਾ ਆ ਸੰਗਰਾਣ ਤੋਂ ਤੇ ਇਹ ਇੱਕ ਬਸੰਤ ਰਿਤੂ ਦੇ ਵਿੱਚ ਜਿਹੜਾ ਮਹੀਨਾ ਹੁਣ ਗਿਣਿਆ ਜਾਣਾ ਆ ਤੋ ਜਿਵੇਂ ਕਿ ਮੇਰੇ ਖਿਆਲ ਨਾਲ ਇਸ ਵਾਰ 16 ਤਰੀਕ ਦੀ ਸ਼ਾਇਦ ਬਸੰਤ ਪੰਚਮੀ ਹੋਏ ਤੋ ਜਿਹੜਾ ਇਹ ਬਸੰਤ ਰਿਤੂ ਸ਼ੁਰੂ ਹੋਣ ਜਾ ਰਹੀ ਹੈ ਇਹ ਰਿਤੂ ਇੱਕ ਐਸੀ ਹੈ ਜਿਹਦੇ ਵਿੱਚ ਜਿਸ ਤਰ੍ਹਾਂ ਕਹਿ ਲਈਏ ਕਿ ਜਿਹੜੇ ਪੱਤੇ ਪਹਿਲਾਂ ਝੜ ਚੁੱਕੇ ਸੀ ਹੁਣ ਉਹ ਸ਼ਾਖਾਵਾਂ ਜਿਹੜੀਆਂ ਖਾਲੀ ਹੋ ਚੁੱਕੀਆਂ ਸੀ ਉਹਨਾਂ ਵੱਲੋਂ ਨਵੇਂ ਪੱਤੇ ਪੈਦਾ ਹੋਣੇ ਸ਼ੁਰੂ ਹੋਣਗੇ ਜਿਵੇਂ ਕਿ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਫਰਮਾਇਆ ਹੈ ਕਿ ਚੜਿਆ ਫਾਗਣ ਮਾਸ ਜਬ ਫੁੱਲੀ ਸਭ ਗੁਲਜ਼ਾਰ ਧਰਤੀ ਸਭ ਹਰਿਆਵਲੀ ਸੁੰਦਰ ਬਾਗ ਬਹਾਰ ਜਿਹੜੀ ਧਰਤੀ ਹੈ ਉਹ ਫਿਰ ਖਰੀ ਭਰੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿੰਨੇ ਵੀ ਬਾਗ ਹੈ ਉਹਨਾਂ ਵਿੱਚ ਵੀ ਮਨੁੱਖ ਇੱਕ ਇੱਕ ਬਹਾਰ ਆ ਜਾਂਦੀ ਹੈ ਤੋਂ ਇਹ ਜਦ ਨਵੇਂ ਪੱਤੇ ਪੈਦਾ ਹੋਣਗੇ ਨਵੇਂ ਫੁੱਲ ਪੈਦਾ ਹੋਣਗੇ ਖਾਸ ਕਰਕੇ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਗਲਗਲਿਆ ਆਂਬਿਆ ਅਨਾਰਿਆ ਉਹਨਾਂ ਦੀ ਬੜੀ ਭਰਪੂਰ ਕਹਿੰਦੇ ਖੇਤੀ ਹੁੰਦੀ ਹੈ ਜਿਵੇਂ ਕਿ ਮਹਾਰਾਜ ਜੀ ਦੇ ਸ਼ਬਦ ਵਿੱਚ ਵੀ ਹੈ ਤਾਂ ਜਦੋਂ ਉਹ ਬਾਗ ਹਰੇ ਭਰੇ ਹੋ ਜਾਂਦੇ ਆ ਨਾਂ ਵਿੱਚ ਫੁੱਲ ਖਿਲ ਜਾਂਦੇ ਆ ਫਲ ਲੱਗਦੇ ਆ ਤੇ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ ਬੁਲਬੁਲ ਮਸਤ ਬਹਾਰ ਪਰ ਭੰਬਰਾ ਪਈ ਗੁਲਜ਼ਾਰ ਔਰ ਉਹ ਬੁਲਬੁਲ ਜਿਹੜੀ ਹੈ ਔਰ ਪੌਰੇ ਜਿਹੜੇ ਆ ਉਹ ਮगन ਹੋ ਜਾਂਦੇ ਆ ਖੁਸ਼ ਹੁੰਦੇ ਦੇਖ ਕੇ ਗਉਂ ਆਕਾਸ਼ ਹਮੇਸ਼ ਤੋ ਗਾਵਾਂ ਲਈ ਵੀ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਾ ਪੈਦਾ ਹੋਣਾ ਆ ਸਾਰਾ ਸਾਲ ਪਰ ਫਿਰ ਉਹਨਾਂ ਦਾ ਵੀ ਆਹਾਰ ਇੱਥੋਂ ਚੱਲਦਾ ਆ ਹੁਣ ਇਹ ਗੱਲਾਂ ਮਹਾਰਾਜ ਜੀ ਨੇ ਕਿਉਂ ਲਿਖੀਆਂ ਕਿਉਂਕਿ ਇਹਨਾਂ ਗੱਲਾਂ ਸਾਰੇ ਆਪਾਂ ਜਾਣਦੇ ਆ ਹਰ ਸਾਲ ਦੇਖਦੇ ਆ ਲੇਕਿਨ ਇਹਨਾਂ ਗੱਲਾਂ ਦੇ ਰਾਹੀ ਇਸ ਰਿਤੂ ਦੇ ਰਾਹੀ ਇਹਨਾਂ ਪੇੜ ਪੌਦਿਆਂ ਦੇ ਰਾਹੀ ਜਿਸ ਤਰ੍ਹਾਂ ਇਹਨਾਂ ਦੇ ਉੱਪਰ ਇੱਕ ਹਰੀਆਬਲਾ ਜਿਹੜੀ ਹਰੀਆਲੀ ਆਈ ਹੈ ਜਿਹੜੇ ਨਵੇਂ ਪੱਤੇ ਆਏ ਆ ਫੁੱਲ ਆਏ ਆ ਫਲ ਆਏ ਆ ਔਰ ਆਪਾਂ ਵੀ ਦੇਖ ਸਕਦੇ ਹਾਂ ਕਿ ਪਹਿਲਾਂ ਦੇ ਨਾਲੋਂ ਔਰ ਹੁਣ ਦੇ ਵਿੱਚ ਕਿੰਨਾ ਫਰਕ ਹੈ ਇੱਕ ਰੁੱਖ ਐਸਾ ਜਿੱਤੇ ਕੋਈ ਪੱਤਾ ਨਜ਼ਰ ਨਹੀਂ ਆ ਰਿਹਾ ਸੁੱਕਿਆ ਪਿਆ ਟਾਹਣੀਆਂ ਟਾਹਣੀਆਂ ਨਜ਼ਰ ਆ ਰਹੀਆਂ ਆ ਉਹਦਾ ਕਿਸੇ ਨੂੰ ਕੀ ਸਹਾਰਾ ਲੇਕਿਨ ਅੱਜ ਉੱਤੇ ਨਵੇਂ ਪੱਤੇ ਖਿਲ ਚੁੱਕੇ ਆ ਔਰ ਫਲ ਲੱਗ ਚੁੱਕੇ ਫੁੱਲ ਆ ਚੁੱਕੇ ਇਸੇ ਤਰ੍ਹਾਂ ਮਰਦ ਜੀ ਕਹਿੰਦੇ ਸਾਡਾ ਜੀਵਨ ਹੈ ਇਸੇ ਤਰ੍ਹਾਂ ਸਾਡਾ ਜੀਵਨ ਆ ਮਹਾਰਾਜ ਜੀ ਦੀਆਂ ਇਹ ਸ਼ਬਦੀਆਂ ਅਗਾਮੀ ਪੰਕਤੀਆਂ ਨੇ ਕਿ ਗੁਰਮੁਖ ਗੁਰ ਕੀ ਸ਼ਰਨ ਗੈ ਕਰਤੇ ਖੂਬ ਵਿਚਾਰ ਸਤਿਗੁਰ ਕੇ ਪ੍ਰਤਾਪ ਕਰ ਸਮਝੇ ਸਾਰ ਅਸਾਰ ਕਰਕੇ ਦ੍ਰਿੜ ਉਪਦੇਸ਼ ਗੁਰ ਭਵਨਿਤ ਉਤਰੇ ਪਰ ਮੰਦ ਭਾਗ ਬਿਨ ਸਤਿਗੁਰਾਂ ਡੁੱਬਣ ਭਵਨਿਤ ਤਾਰ ਸਾਡਾ ਜਿਹੜਾ ਜੀਵਨ ਆ ਸੰਤਾਂ ਤੋਂ ਬਿਨਾ ਗੁਰੂ ਤੋਂ ਬਿਨਾ ਇੱਕ ਪੱਤ ਛੜਦੇ ਵਾਂਗ ਹੈ ਕੁਛ ਨਹੀਂ ਰਹਿੰਦਾ ਕੋਲ ਲੇਕਿਨ ਜਿਉਂ ਹੀ ਗੁਰੂ ਦੇ ਚਰਨਾਂ ਦੇ ਵਿੱਚ ਆ ਕੇ ਬੈਠਦੇ ਆਂ ਜਿਉਂ ਹੀ ਸੰਤਾਂ ਮਹਾਪੁਰਸ਼ਾਂ ਦੀ ਓਟ ਲੈਂਦੇ ਆਂ ਤੇ ਸਾਡਾ ਜੀਵਨ ਮਾਨੋ ਕਿ ਸਾਡੇ ਜੀਵਨ ਦੇ ਵਿੱਚ ਵੀ ਬਸੰਤ ਰਿਤੂ ਸ਼ੁਰੂ ਹੋ ਚੁੱਕੀ ਹੈ ਔਰ ਅੱਗੇ ਜਾ ਕੇ ਇਹਦੇ ਵਿੱਚ ਫਿਰ ਜਿਉਂ-ਜਿਉਂ ਸਮਾਂ ਬੀਤਦਾ ਫਿਰ ਬਹਾਰ ਦੀ ਰਿਤੂ ਆਏਗੀ ਤਾਂ ਗੁਰੂ ਪੇਰੀ ਸਾਜ ਸੰਗਤ ਜੀ ਇੱਕ ਜੀਵਨ ਜਿਹੜਾ ਸਾਡਾ ਨਾ ਇਹ ਵੀ ਖਰਿਆ ਭਰਿਆ ਹੋਣ ਲੱਗ ਜਾਂਦਾ ਆ ਚਿੰਤਾਵਾਂ ਹੌਲੀ ਹੌਲੀ ਖਤਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਕਰ ਜਿਹੜੇ ਆ ਘਟਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਫਿਰ ਇੱਕ ਓਟ ਮਿਲ ਜਾਂਦੀ ਇੱਕ ਆਸਰਾ ਮਿਲ ਜਾਂਦਾ ਆ ਵੀ ਮੈਨੂੰ ਮੇਰੇ ਗੁਰਾਂ ਦਾ ਆਸਰਾ ਆ ਮੈਨੂੰ ਆਸਰਾ ਮੇਰੇ ਸੰਤਾਂ ਦਾ ਆ ਤੇ ਉਹਨਾਂ ਦੇ ਆਸਰੇ ਦੇ ਨਾਲ ਉਹਨਾਂ ਦੀ ਓਟ ਦੇ ਨਾਲ ਉਹਨਾਂ ਦੇ ਛਤਰ ਛਾਇਆ ਦੇ ਵਿੱਚ ਮੰਨੋ ਕਿ ਸਾਡੇ ਜੀਵਨ ਵਿੱਚ ਵੀ ਬਸੰਤ ਆਈ ਤੇ ਹੁਣ ਜੀਵਨ ਜਿਹੜਾ ਨਾ ਇਹ ਹਰਿਆ ਭਰਿਆ ਹੋ ਗਿਆ। ਔਰ ਪਤਝੜ ਔਰ ਹਰਿਆਲੀ ਦੇ ਵਿੱਚ ਕੀ ਅੰਤਰ ਹੈ ਇਹ ਵੀ ਆਪਾਂ ਸਭ ਜਾਣਦੇ ਹਾਂ। ਤੋਂ ਗੁਰਮੁਖ ਗੁਰ ਕੀ ਸ਼ਰਨ ਗਏ ਕਰਤੇ ਖੂਬ ਵਿਚਾਰ। ਜਿਨਨੇ ਗੁਰਮੁਖ ਪਿਆਰੇ ਐ ਗੁਰੂ ਦੇ ਚਰਨਾਂ ਦੇ ਵਿੱਚ ਬੈੰਦੇ ਤੇ ਖੂਬ ਵਿਚਾਰਾਂ ਕਰਦੇ ਆ। ਔਰ ਵਾਕਈ ਉਹ ਜਿਹੜੀਆਂ ਵਿਚਾਰੋਂ ਦੇ ਵਿੱਚ ਬੜਾ ਆਨੰਦ ਮਿਲਦਾ ਹੈ ਕਦੇ ਕਦੇ ਉਸ ਭਾਗਾ ਸਮਾਂ ਪ੍ਰਾਪਤ ਹੁੰਦਾ ਆ ਵੈਸੇ ਤਾਂ ਕਈ ਵਾਰੀ ਜਦੋਂ ਸੰਗਤਾਂ ਆਉਂਦੀਆਂ ਆ ਬੈਠਣ ਦਾ ਕਿਤੇ ਸਮਾਂ ਮਿਲਦਾ ਆ ਬਹੁਤ ਸਾਰੀਆਂ ਸੰਗਤਾਂ ਤਾਂ ਵਿਚਾਰੀਆਂ ਆਪਣੇ ਦੁੱਖ ਹੀ ਰੋਂਦੀਆਂ ਰਹਿੰਦੀਆਂ ਵੀ ਐਦਾਂ ਹੋਇਆ ਸਾਡੇ ਨਾਲ ਐਦਾਂ ਹੋਇਆ ਲੇਕਿਨ ਕਈ ਵਾਰੀ ਕੁਝ ਗੁਰਮੁਖ ਪਿਆਰੇ ਐਸੇ ਆ ਆਉਂਦੇ ਆ ਜਿਹੜੇ ਗੁਰਬਾਣੀ ਦੇ ਥੋੜਾ ਕਰੀਬ ਹੁੰਦੇ ਆ ਔਰ ਜਦੋਂ ਜਿਹੜੇ ਗੁਰਮੁਖ ਪਿਆਰੇ ਗੁਰਬਾਣੀ ਦੇ ਕਰੀਬ ਆ ਜਦੋਂ ਉਹ ਆ ਕੇ ਬੈੰਦੇ ਤੇ ਫਿਰ ਕਿਹੜੀਆਂ ਗੱਲਾਂ ਚਲਣੀਆਂ ਫਿਰ ਗੁਰੂ ਦੀ ਬਾਣੀ ਦੀ ਗੱਲ ਚਲਣੀ ਹੈ ਗੁਰੂ ਦੇ ਸ਼ਬਦ ਦੀ ਗੱਲ ਚਲਣੀ ਹੈ ਗੁਰੂ ਦੇ ਸ਼ਬਦ ਦੀਆਂ ਵਿਚਾਰਾਂ ਹੋਣੀਆਂ ਆ ਔਰ ਉਹ ਜਿਹੜੀਆਂ ਵਿਚਾਰ ਵਾਕੇ ਗੁਰੂ ਪਿਆਰੇ ਸਾਧ ਸੰਗਤ ਜੀ ਇੱਕ ਐਸਾ ਰਸ ਪ੍ਰਦਾਨ ਕਰਦੀਆਂ ਨੇ ਜਿਹੜਾ ਰਸ ਦੁਨੀਆ ਦੇ ਵਿੱਚ ਕਿਤੇ ਹੋਰ ਨਹੀਂ ਮਿਲਦਾ ਸਤਗੁਰ ਕੇ ਪ੍ਰਤਾਪ ਕਰ ਸਮਝੇ ਸਾਰ ਸਾਰ ਸਤਗੁਰ ਦੀ ਕਿਰਪਾ ਹੁੰਦੀ ਹੈ ਤੇ ਸਤਗੁਰੂ ਦੀ ਕਿਰਪਾ ਦੇ ਨਾਲ ਗੁਰੂ ਪੇਰੀ ਸਾਸ ਸੰਗਤ ਜੀ ਸੋਝੀ ਹਾਸਲ ਹੁੰਦੀ ਹੈ। ਤੋਂ ਮਹਾਰਾਜ ਜੀ ਨੇ فرمایا ਵੀ ਭਾਈ ਆਪਣੇ ਗੁਰੂ ਦਾ ਜਿਹੜਾ ਉਪਦੇਸ਼ ਹੈ ਆਪਣੇ ਗੁਰੂ ਦੀ ਜਿਹੜੀ ਸਿੱਖਿਆ ਆ ਇਹਨੂੰ ਦ੍ਰਿੜ ਕਰਨ। ਇਹਨੂੰ ਦ੍ਰਿੜ ਕਰਕੇ ਆਪਣੇ ਅੰਦਰ ਵਸਾ ਲੈ। ਕਿਉਂਕਿ ਜਦੋਂ ਗੁਰੂ ਦਾ ਉਪਦੇਸ਼ ਦ੍ਰਿੜ ਕਰਕੇ ਅਸੀਂ ਆਪਣੇ ਅੰਦਰ ਵਸਾਉਂਦੇ ਆ ਨਾ ਤਾਂ ਗੁਰੂ ਪੇਰੀ ਸਾਸ ਸੰਗਤ ਜੀ ਫਿਰ ਇਹ ਜੀਵਨ ਜਿਹੜਾ ਆ ਇਹ ਫਿਰ ਕਦੇ ਪੱਤ ਚੜਦੇ ਵਿੱਚ ਜਾਂਦਾ ਹੀ ਨਹੀਂ ਫਿਰ ਕਦੇ ਇਹਦੇ ਪੱਤੇ ਨਹੀਂ ਝੜਦੇ ਜਦੋਂ ਗੁਰੂ ਦੇ ਦਰਸਾਏ ਮਾਰਗ ਤੇ ਚੱਲਦੇ ਆ ਮੰਦ ਭਾਗ ਬਿਨ ਸਤਗੁਰਾਂ ਡੁੱਬਣ ਭਵਨੇ ਦਾ ਧਾਰ ਤੇ ਮਹਾਰਾਜ ਜੀ ਕਹਿੰਦੇ ਗੁਰੂ ਤੋਂ ਬਿਨਾ ਤਾਂ ਮਨੋ ਕੇ ਭਾਗ ਮੰਦੇ ਆ ਗੁਰੂ ਤੋਂ ਬਿਨਾ ਮੰਦੇ ਭਾਗ ਜਿਵੇਂ ਪਾਣੀ ਦੀਆਂ ਲਹਿਰਾ ਹੁੰਦੀਆਂ ਨੇ ਉਹ ਸਭ ਕੁਝ ਆਪਣੇ ਨਾਲ ਬਹਾ ਕੇ ਲੈ ਜਾਂਦੀਆਂ ਨੇ ਤੇ ਮਹਾਰਾਜ ਜੀ ਕਹਿੰਦੇ ਨੇ ਇਸੇ ਤਰ੍ਹਾਂ ਭਾਈ ਅਸੀਂ ਵੀ ਇਹ ਜਿਹੜੀਆਂ ਦੁੱਖਾਂ ਦੀਆਂ ਜੀਵਨ ਦੇ ਵਿੱਚ ਬਾਰ ਬਾਰ ਲਹਿਰਾਂ ਆਉਂਦੀਆਂ ਨੇ ਇਹਨਾਂ ਵਿੱਚ ਇਸ ਕਦਰ ਡੁੱਬ ਜਾਵਾਂਗੇ ਕਿ ਜਿਹੜੀ ਸਾਡੀ ਮੰਜ਼ਲ ਆ ਅਸੀਂ ਉੱਥੇ ਪਹੁੰਚ ਹੀ ਨਹੀਂ ਪਾਵਾਂ ਹੁਣ ਗੁਰੂ ਤੋਂ ਬਿਨਾਂ ਤਾਂ ਪਾਰਬ੍ਰਮ ਤੱਕ ਪਹੁੰਚ ਹੀ ਨਹੀਂ ਸਕਦੇ ਇਸ ਲਈ ਮਹਾਰਾਜ ਜੀ ਕਹਿੰਦੇ ਜਦ ਤੱਕ ਪਾਰਬ੍ਰਮ ਤੱਕ ਨਹੀਂ ਪਹੁੰਚਾਂਗੇ ਤਾਂ ਗੁਰੂ ਹੀ ਸਾਡਾ ਪਾਰਬ੍ਰਮ ਆ ਗੁਰੂ ਹੀ ਪਾਰਬ੍ਰਮ ਆ ਗੁਰ ਪਰਮੇਸ਼ਰ ਇੱਕੋ ਜਾਣ ਔਰ ਮਹਾਰਾਜ ਜੀ ਕਹਿੰਦੇ ਇੱਕ ਐਸੀ ਅਵਸਥਾ ਵੀ ਆਉਂਦੀ ਹੈ ਜਦ ਗੁਰੂ ਤੇ ਪਰਮੇਸ਼ਰ ਦੋਨਾਂ ਨੂੰ ਇੱਕ ਜਾਣ ਕੇ ਮੰਨ ਲਿਆ ਕਰ ਕੋਈ ਭੇਦ ਨਹੀਂ ਹੈ ਕਹਿਣ ਸੁਣਨ ਕੋ ਦੂਜਾ ਵਸ ਕਹਿਣ ਔਰ ਸੁਣਨ ਦੇ ਵਿੱਚ ਇਹ ਮਹਾਰਾਜ ਜੀ ਕਹਿੰਦੇ ਫਰਕ ਹੈ ਵੈਸੇ ਇਹਨਾਂ ਮਹਾਪੁਰਸ਼ਾਂ ਦੇ ਵਿੱਚ ਕੋਈ ਭੇਦ ਨਹੀਂ ਹੈ ਚਾਹੇ ਗੁਰੂ ਹੈ ਚਾਹੇ ਸਾਧੂ ਸੰਤ ਆ ਤੇ ਚਾਹੇ ਉਹ ਪਰਮਾਤਮਾ ਹੈ ਸਤਗੁਰ ਕੀ ਪ੍ਰਸਾਦ ਹਮ ਜਾਣਿਆ ਆਤਮ ਰਾਮ ਜਾਨਣ ਯੋਗ ਸੋ ਜਾਣਿਆ ਜੋ ਆਤਮ ਨਿਜ ਧਾਮ ਮਿਟਿਆ ਗਮਨ ਗੁਰ ਦਇਆ ਤੇ ਪਾਇਆ ਅਬ ਬਿਸਰਾਮ ਅਨੇਕ ਜਨਮ ਦੁਖ ਪਾਏ ਕਰ ਆਏ ਗੁਰ ਕੀ ਸ਼ਾਮ ਸਤਗੁਰ ਦੀ ਕਿਰਪਾ ਨਾਲ ਜਾਨਿਆ ਆਤਮ ਰਾਮ ਗੁਰੂ ਦੀ ਐਸੀ ਕਿਰਪਾ ਹੋਈ ਤੇ ਗੁਰੂ ਦੇ ਅਸ਼ੀਰਵਾਦ ਦੇ ਨਾਲ ਮੈਂ ਆਪਣੇ ਅੰਦਰ ਬੈਠੇ ਉਸ ਪਰਮਾਤਮਾ ਨੂੰ ਜਾਣ ਲਿਆ ਆ ਕਿਨੂੰ ਜਾਣਿਆ ਜਾਣਨ ਯੋਗ ਸੋ ਜਾਣਿਆ ਜਿਹੜਾ ਜਾਣਨ ਦੇ ਯੋਗ ਆ ਜਿਹਨੂੰ ਮੈਂ ਜਾਣਨਾ ਸੀ ਜੋ ਮੇਰੀ ਮੰਜ਼ਲ ਸੀ ਜਾਣਿਆ ਉਹਨੂੰ ਮੈਂ ਜਾਣ ਲਿਆ ਆ ਕਿੱਥੇ ਐ ਕਿਹੜਾ ਐ ਜੋ ਆਤਮ ਨਿਜ ਧਾਮ ਜਿਹਦਾ ਧਾਮ ਮੇਰੇ ਅੰਦਰ ਇੱਕ ਧਾਮ ਹੈ। ਇੱਕ ਧਾਮ ਸਾਡੇ ਅੰਦਰ ਹੈ। ਇੱਕ ਧਾਮ ਸਾਡੇ ਅੰਦਰ ਹੈ। ਇਸ ਧਾਮ ਦੇ ਵਿੱਚ ਆ ਕੇ ਇੱਥੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਫਿਰ ਅੰਦਰਲੇ ਧਾਮ ਦੇ ਵੱਲ ਅਸੀਂ ਰਵਾਨਾ ਹੋਣਾ ਹੈ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਬਾਹਰੀ ਧਾਮ ਜਿੰਨੇ ਮਰਜੀ ਚਲੇ ਜਾਈਏ ਜਿੰਨੇ ਮਰਜੀ ਸੀਸ ਝੁਕਾ ਲਈਏ ਜਦ ਤੱਕ ਅੰਦਰਲੇ ਧਾਮ ਤੱਕ ਨਹੀਂ ਜਾਵਾਂਗੇ ਉਦੋਂ ਤੱਕ ਗੱਲ ਨਹੀਂ ਬਣਨੀ ਮਹਾਰਾਜ ਜੀ ਕਹਿੰਦੇ ਜਾਣਨ ਯੋਗ ਸੋਝ ਜਾਣਿਆ ਜੋ ਆਤਮ ਨਿਜ ਧਾਮ ਜਿਹੜਾ ਮੇਰੇ ਅੰਦਰਲੇ ਧਾਮ ਦੇ ਵਿੱਚ ਮੇਰਾ ਮਾਲਕ ਬੈਠਾ ਮੇਰਾ ਪਰਮਾਤਮਾ ਬੈਠਿਆ ਆ ਔਰ ਉਹਨੂੰ ਜਦੋਂ ਜਾਣ ਲਿਆ ਮਿਟਿਆ ਗਮਨ ਗੁਰ ਦਇਆ ਤੇ ਪਾਇਆ ਅਬ ਬਿਸਰਾਮ ਗੁਰੂ ਨੇ ਐਸੀ ਕਿਰਪਾ ਕੀਤੀ ਵੀ ਜਿਹੜਾ ਗਮਨ ਸੀ ਜਿਹੜੀ ਭ੍ਰਮਨ ਸੀ ਜਿਹੜੀ ਭਟਕਣਾ ਸੀ ਉਹ ਸਭ ਮਹਾਰਾਜ ਜੀ ਕਹਿੰਦੇ ਮਿਟ ਗਈ ਹੈ ਤੇ ਪਾਇਆ ਅਬ ਬਿਸਰਾਮ ਜਦ ਇੱਧਰ ਦੌੜੇ ਇੱਧਰ ਦੌੜੇ ਸਭ ਪਾਸੇ ਚਲੇ ਗਏ ਕੁਛ ਨਹੀਂ ਮਿਲਿਆ ਤੇ ਫਿਰ ਜਦ ਕਿਤੇ ਕੁਛ ਮਿਲ ਜਾਂਦਾ ਆ ਤਾਂ ਫਿਰ ਉੱਥੇ ਜਾ ਕੇ ਅਸੀਂ ਸੁੱਖ ਦਾ ਸਾਹ ਲੈਂਦੇ ਵੀ ਸ਼ੁਕਰ ਆ ਹੁਣ ਥੋੜੀ ਦੇਰ ਬਹਿ ਕੇ ਆਰਾਮ ਕਰਦੇ ਆ ਬਹੁਤ ਘੁੰਮੇ ਆ ਬਹੁਤ ਭਟਕਿਆ ਥੱਕ ਚੁਕੇ ਆ ਹਾਰ ਚੁਕੇ ਆ ਹੁਣ ਥੋੜੀ ਦੇਰ ਬਹਿ ਕੇ ਆਰਾਮ ਕਰੀਏ ਹੁਣ ਗੁਰੂ ਦੇ ਚਰਨ ਤੈਸੀ ਇਥੇ ਆ ਕੇ ਤਾਂ ਭਾਈ ਸਭ ਕੁਝ ਹੀ ਮਿਲ ਗਿਆ ਤੇ ਜਦ ਸਭ ਕੁਝ ਮਿਲ ਗਿਆ ਪਾਇਆ ਅਬ ਵਿਸ਼ਰਾਮ ਤੇ ਮਹਾਰਾਜ ਜੀ ਕਹਿੰਦੇ ਹੁਣ ਮੈਂ ਕਿਤੇ ਸੁਖ ਦਾ ਸਾ ਲ ਆਇਆ ਅਨੇਕ ਜਨਮ ਦੁੱਖ ਪਾਏ ਕਰ ਆਏ ਗੁਰ ਕੀ ਸ਼ਾਮ ਅਨੇਕਾਂ ਜਨਮਾਂ ਦੇ ਦੁੱਖ ਭੋਗਣ ਤੋਂ ਬਾਅਦ ਫਿਰ ਕਿਤੇ ਜਾ ਕੇ ਇੱਕ ਪੂਰਨ ਗੁਰੂ ਦੀ ਸ਼ਰਨ ਮਿਲੀ ਹੈ ਅਧੂਰੇ ਗੁਰੂ ਤਾਂ ਬਹੁਤ ਮਿਲ ਜਾਣਗੇ ਲੇਕਿਨ ਗੱਲ ਪੂਰਨ ਗੁਰੂ ਦੀ ਹੈ ਪੂਰਨ ਗੁਰੂ ਦੀ ਸ਼ਰਨ ਕਦ ਮਿਲੀ ਅਨੇਕ ਜਨਮ ਦੁੱਖ ਪਾਇ ਕਰ ਬੜੇ ਦੁੱਖ ਭੋਗੇ ਫਿਰ ਕਿਤੇ ਜਾ ਕੇ ਗੁਰੂ ਦੀ ਸ਼ਰਨ ਮਿਲੀ ਔਰ ਜਦੋਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਦੇ ਸ਼ਰਨ ਗ੍ਰਹਿਣ ਦਾ ਕਿਤੇ ਮੌਕਾ ਮਿਲਦਾ ਨਾ ਉਹਨੂੰ ਛੱਡਣਾ ਨਹੀਂ ਚਾਹੀਦਾ ਜਿਹੜੇ ਵਿਛੜੇ ਤਿਹ ਮਿਲੇ ਪੈ ਸੋ ਆਤਮ ਰਾਮ ਜਨ ਰਵਦਾਸ ਗੁਰ ਭਜਨ ਬਿਨ ਨਹੀਂ ਅਵਰ ਕਛ ਕਾਮ ਗੁਰ ਚਰਨੋਂ ਕਾ ਧਿਆਨ ਕਰ ਸੁਣ ਬਾਰਾ ਮਾਸਕ ਉਪਦੇਸ਼ ਪੜੇ ਸੁਣੇ ਜੋ ਪ੍ਰੇਮ ਕਰ ਹੋਵੇ ਕਲਿਆਣ ਹਮੇਸ਼ ਜਿਹੜੇ ਵਿਛੜੇ ਤਿਹ ਮਿਲੇ ਜਿਹੜਾ ਮਹਾਰਾਜ ਜੀ ਕਹਿੰਦੇ ਵਿਛੋੜਾ ਸੀ ਅੱਜ ਉਹ ਖਤਮ ਹੋਇਆ ਜਿਸ ਪਰਮਪਿਤਾ ਪਰਮਾਤਮਾ ਨਾਲ ਵਿਛੜੇ ਸੀ ਅੱਜ ਉਸ ਮਾਲਕ ਨਾਲ ਮੇਰੇ ਗੁਰਾਂ ਨੇ ਮਿਲਾਪ ਕਰਵਾ ਦਿੱਤਾ ਜਨਰਵ ਦਾਸ ਗੁਰ ਭਜਨ ਬਿਨ ਨਹੀਂ ਅਵਰ ਕਛ ਕਾਮ ਮਰਜ ਜੀ ਕਹਿੰਦੇ ਮੇਰੇ ਲਈ ਤਾਂ ਬਸ ਪਈ ਹੁਣ ਇੱਕੋ ਹੀ ਕੰਮ ਹੈ ਉਹ ਗੁਰੂ ਦੀ ਬੰਦਗੀ ਕਰਨੀ ਪਰਮਾਤਮਾ ਦੀ ਬੰਦਗੀ ਕਰਨੀ ਉਹਦਾ ਭਜਨ ਸਿਮਰਨ ਕਰਨਾ ਤੇ ਮਹਾਰਾਜ ਜੀ ਨੇ ਇੱਥੇ فرمایا ਗੁਰ ਚਰਨੋਂ ਕਾ ਧਿਆਨ ਕਰ ਸੁਣ 12 ਮਾਸਕ ਉਪਦੇਸ਼ ਇਹ ਬਾਰਾ ਮਹਾ ਉਪਦੇਸ਼ ਜਿਹੜੇ ਆ ਬਹੁਤ ਗਿਆਨ ਹੈ ਨਾ ਵਿੱਚ ਆਪਾਂ ਤਾਂ ਚਲੋ ਇਸ ਵੇਲੇ ਇੱਕ ਸਮੇਂ ਦੀ ਪਾਬੰਦੀ ਦੇ ਵਿੱਚ ਆ ਕਿਉਂਕਿ ਸਮਾਂ ਜਿਆਦਾ ਇਜਾਜ਼ਤ ਨਹੀਂ ਦੇ ਰਿਹਾ ਨਹੀਂ ਤਾਂ ਇਹ ਜਿਹੜਾ ਸ਼ਬਦ ਹੈ ਇਹਨੂੰ ਜਿੰਨਾ ਮਰਜੀ ਗਹਿਰਾਈ ਦੇ ਵਿੱਚ ਲੈ ਜਾਉਂਗਾ ਬਾਕੀ ਵਿਚਾਰਨ ਵਾਲੇ ਦੇ ਉੱਪਰ ਨਿਰਭਰ ਕਰਦਾ ਸਭ ਤੋਂ ਵੱਡੀ ਉਹਦੀ ਰਹਿਮਤ ਉਹਦੀ ਰਹਿਮਤ ਹੋਵੇ ਵਿਚਾਰਨ ਵਾਲਾ ਵਧੀਆ ਹੋਵੇ ਤਾਂ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਸ਼ਬਦ ਨੂੰ ਜਿੰਨਾ ਮਰਜੀ ਡੂੰਘਾ ਲੈ ਜੇ ਉਦੀ ਕਿਰਪਾ ਨਾਲ ਲੇਕਿਨ ਸਮੇਂ ਦੀਆਂ ਕੁਝ ਪਾਬੰਦੀਆਂ ਨੇ ਦਾਸ ਦੀਆਂ ਮਜਬੂਰੀਆਂ ਨੇ ਤੋ ਗੁਰ ਚਰਨੋਂ ਦਾ ਧਿਆਨ ਕਰ ਮਰਜ ਜੀ ਕਹਿੰਦੇ ਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਸੁਣ ਬਾਰਾ ਮਾਸਕ ਉਪਦੇਸ਼ ਪੜੇ ਸੁਣੇ ਜੋ ਪ੍ਰੇਮ ਕਰ ਹੋਵੇ ਕਲਿਆਣ ਹਮੇਸ਼ ਜਿਹੜਾ ਗੁਰੂ ਦੇ ਇਹਨਾਂ ਬਚਨਾਂ ਨੂੰ ਪੜਦਾ ਆ ਸੁਣਦਾ ਆ ਤਾਂ ਹੋਵੇ ਕਲਿਆਣ ਹਮੇਸ਼ ਉਹਦਾ ਸਦਾ ਕਲਿਆਣ ਹੈ ਇਹ ਜਿਹੜਾ ਮਹੀਨਾ ਫਲਗੁਣ ਦਾ ਮਹੀਨਾ ਫੱਗਣ ਦਾ ਮਹੀਨਾ ਇਹ ਆਖਰੀ ਮਹੀਨਾ ਹੁੰਦਾ ਹੈ ਸਾਲ ਦਾ ਇੱਕ ਸਾਲ ਦੀ ਸ਼ੁਰੂਆਤ ਜਨਵਰੀ ਤੋਂ ਹੁੰਦੀ ਹੈ 1 ਜਨਵਰੀ ਤੋਂ ਤੇ 31 ਦਸੰਬਰ ਜਿਹੜੀ ਉਹਦੀ ਆਖਰੀ ਤਰੀਕ ਹੁੰਦੀ ਹੈ ਆਖਰੀ ਦਿਨ ਹੁੰਦਾ ਸਾਲ ਦਾ ਆਖਰੀ ਮਹੀਨਾ ਹੁੰਦਾ ਹੈ ਇਸੇ ਪ੍ਰਕਾਰ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਫਗਣ ਦਾ ਜਿਹੜਾ ਮਹੀਨਾ ਆ ਇਹ ਜਿਵੇਂ ਆਪਾਂ ਜਿਨ੍ਹਾਂ ਨੂੰ ਦੇਸੀ ਮਹੀਨੇ ਕਹਿ ਦਿੰਦੇ ਆ ਨਾ ਉਹਨਾਂ ਦੇ ਵਿੱਚ ਇਹ ਸਾਲ ਦਾ ਆਖਰੀ ਮਹੀਨਾ ਹੁੰਦਾ ਆ ਤੇ ਅੱਜ ਇਹ ਫਗਣ ਮਹੀਨੇ ਦੀ ਸ਼ੁਰੂਆਤ ਹੋਈ ਹੈ ਔਰ ਅਗਲਾ ਮਹੀਨਾ ਜਿਹੜਾ ਚੇਤ ਦਾ ਮਹੀਨਾ ਆ ਤੋ ਉੱਥੋਂ ਫਿਰ ਨਵੇਂ ਸਾਲ ਦੀ ਸ਼ੁਰੂਆਤ ਹੋਏਗੀ ਤੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਔਰ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਇਹ ਜਿਹੜਾ ਸਾਲ ਦਾ ਆਖਰੀ ਮਹੀਨਾ ਆ ਸਾਲ ਭਰ ਦੀ ਜੇ ਕੋਈ ਕਸਰ ਰਹਿੰਦੀ ਹੈ ਤੇ ਆਪਾਂ ਗੁਰੂ ਪਿਆਰੇ ਸਾਸ ਸੰਗਤ ਜੀ ਡਟ ਕੇ ਇਹਦੇ ਵਿੱਚ ਰੱਬ ਦਾ ਨਾਮ ਜਪੀਏ ਤਾਂ ਕਿ ਸਾਡੇ ਸਾਲ ਦਾ ਜਿਹੜਾ ਲੇਖਾ ਜੋਖਾ ਇਸੇ ਸਾਲ ਪੂਰਾ ਕਰਕੇ ਔਰ ਅੱਗੇ ਮਹਾਰਾਜ ਜੀ ਦੀ ਕਿਰਪਾ ਦੇ ਅਸ਼ੀਰਵਾਦ ਦੇ ਨਾਲ ਇੱਕ ਨਵੇਂ ਸਾਲ ਦੀ ਜਿਹੜੀ ਸ਼ੁਰੂਆਤ ਹੈ ਉਹ ਫਿਰ ਗੁਰੂ ਮਹਾਰਾਜ ਜੀ ਦੇ ਚਰਨਾਂ ਤੋਂ ਕਰੀਏ ਤਾਂ ਕਿ ਗੁਰੂ ਪਿਆਰੇ ਸਾਸ ਸੰਗਤ ਜੀ ਇਹ ਸਾਡਾ ਲੋਕ ਵੀ ਸੁਖੀ ਹੋ ਜਾਏ ਤੇ ਪ੍ਰਲੋਕ ਸੋ ਹੇਲਾ ਹੋ ਜਾਏਗਾ ਬੋਲੇ ਗੁਰੂ ਮਹਾਰਾਜ ਕੀ ਜੈ ਸੋ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈ ਹੋਵੇ ਇਸ ਫਗਣ ਮਹੀਨੇ ਦੀ ਸ਼ੁਰੂਆਤ ਦੀ ਤੇ ਇਹ ਜਿਹੜਾ ਮਹੀਨਾ ਆ ਇਹ ਸਾਡੇ ਲਈ ਵੈਸੇ ਵੀ ਇੱਕ ਬੜਾ ਖਾਸ ਹੈ ਬੜੀ ਬਖਸ਼ੀਸ਼ ਮਹੱਤਵ ਰੱਖਦਾ ਆ ਕਿਉਂਕਿ 27 ਫਰਵਰੀ ਸਾਡੇ ਸਾਹਿਬ ਸਤਗੁਰ ਅ रविदास ਜੀ ਮਹਾਰਾਜ ਜਿਨ੍ਹਾਂ ਦਾ ਪਾਵਨ ਆਗਮਨ ਪੁਰਬ ਵੀ ਹੈ। ਤੋਂ ਅੱਜ ਫਗਣ ਮਹੀਨੇ ਦੀਆਂ ਔਰ 27 ਫਰਵਰੀ ਸਤਗੁਰ रविदास ਜੀ ਮਹਾਰਾਜ ਜੀ ਦੇ ਪਾਵਨ ਆਗਮਨ ਪੁਰਬ ਦੀਆਂ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਣ। ਜੈ ਗੁਰੂ ਦੇਵ ਧੰਨ ਗੁਰਦੇਵ ਜੀ।